ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸੋ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਬਾਸਮਤੀ ਦੇ ਰੇਟਾਂ ਬਾਰੇ, ਵੱਖ ਵੱਖ ਵਰਾਇਟੀਆਂ ਬਾਰੇ ਅਤੇ ਵੱਖ ਵੱਖ ਮੰਡੀਆਂ ਬਾਰੇ। ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸੋ ਆ ਜਾਓ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰੋਹਤਕ ਮੰਡੀ ਦੀ, ਜਿੱਥੇ 17-18 3471 ਰੁਪਏ ਤੋਂ ਲੈ ਕੇ 3881 ਰੁਪਏ ਵਿਕਿਆ, 11-21 4000 ਰੁਪਏ ਤੋਂ ਲੈ ਕੇ 4301 ਰੁਪਏ ਤੱਕ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਬਰਵਾਲਾ ਮੰਡੀ ਦੀ, ਜਿੱਥੇ 11-21 4300 ਰੁਪਏ ਨੂੰ ਵਿਕਿਆ, 17-18 3900 ਰੁਪਏ ਨੂੰ ਵਿਕਿਆ, 18-85 3951 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਖਰਖੌਦਾ ਮੰਡੀ ਦੀ ਗੱਲ ਕਰੀਏ, ਜਿੱਥੇ 11-21 4325 ਰੁਪਏ ਵਿਕਿਆ, 17-18 3851 ਰੁਪਏ ਵਿਕਿਆ, 18-85 3901 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਸਫੀਦੋ ਮੰਡੀ ਦੀ ਗੱਲ ਕਰੀਏ, ਜਿੱਥੇ 18-85 4071 ਰੁਪਏ ਵਿਕਿਆ, 14-01 3350 ਰੁਪਏ ਵਿਕਿਆ, 11-21 4381 ਰੁਪਏ ਵਿਕਿਆ, 17-18 3905 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਸਮਾਣਾ ਮੰਡੀ ਦੀ ਗੱਲ ਕਰੀਏ, ਜਿੱਥੇ 15-09 2850 ਰੁਪਏ ਤੋਂ ਲੈ ਕੇ 3205 ਰੁਪਏ ਤੱਕ ਵਿਕਿਆ, 18-47 2500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵਿਕਿਆ, 14-01 3400 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੋਨਿਆਣਾ ਮੰਡੀ ਦੀ ਗੱਲ ਕਰੀਏ, ਜਿੱਥੇ 14-01 3350 ਰੁਪਏ ਵਿਕਿਆ, 18-47 2865 ਰੁਪਏ ਵਿਕਿਆ, 17-18 3620 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਕੋਟਕਪੂਰਾ ਮੰਡੀ ਦੀ ਗੱਲ ਕਰੀਏ, ਜਿੱਥੇ 11-21 3800 ਰੁਪਏ ਤੋਂ ਲੈ ਕੇ 4150 ਰੁਪਏ ਤੱਕ ਵਿਕਿਆ, 18-85 3000 ਰੁਪਏ ਤੋਂ ਲੈ ਕੇ 3750 ਰੁਪਏ ਤੱਕ ਵਿਕਿਆ, 17-18 3680 ਰੁਪਏ ਵਿਕਿਆ, 14-01 3400 ਰੁਪਏ ਨੂੰ ਵਿਕਿਆ, 15-09 3100 ਰੁਪਏ ਨੂੰ ਵਿਕਿਆ, 18-86 3110 ਰੁਪਏ ਵਿਕਿਆ ਅਤੇ 18-47 2930 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਖੰਨਾ ਮੰਡੀ ਦੀ ਗੱਲ ਕਰੀਏ, ਜਿੱਥੇ 11-21 4400 ਰੁਪਏ ਨੂੰ ਵਿਕਿਆ, 17-18 3900 ਰੁਪਏ ਨੂੰ ਵਿਕਿਆ, 18-85 4000 ਰੁਪਏ ਨੂੰ ਵਿਕਿਆ, 15-09 3250 ਰੁਪਏ ਵਿਕਿਆ, 18-47 3050 ਰੁਪਏ ਵਿਕਿਆ, 14-01 3350 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਬਟਾਲਾ ਮੰਡੀ ਦੀ ਗੱਲ ਕਰੀਏ, ਜਿੱਥੇ 11-21 4385 ਰੁਪਏ ਤੋਂ ਲੈ ਕੇ 4515 ਰੁਪਏ ਵਿਕਿਆ, 17-18 4060 ਰੁਪਏ ਵਿਕਿਆ, 15-09 3005 ਰੁਪਏ ਵਿਕਿਆ ਅਤੇ 18-47 3000 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਤਰਨ ਤਾਰਨ ਮੰਡੀ ਦੀ, ਜਿੱਥੇ 17-18 3745 ਰੁਪਏ ਤੋਂ ਲੈ ਕੇ 4937 ਰੁਪਏ ਤੱਕ ਵਿਕਿਆ, 11-21 4451 ਰੁਪਏ ਤੋਂ ਲੈ ਕੇ 4560 ਰੁਪਏ ਵਿਕਿਆ, 14-01 3400 ਰੁਪਏ ਨੂੰ ਵਿਕਿਆ, 15-09 3300 ਰੁਪਏ ਨੂੰ ਵਿਕਿਆ ਅਤੇ 18-47 3000 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਨਾਭਾ ਮੰਡੀ ਦੀ, ਜਿੱਥੇ 15-09 3315 ਰੁਪਏ ਵਿਕਿਆ, 18-47 3000 ਰੁਪਏ ਨੂੰ ਵਿਕਿਆ, 17-18 3750 ਰੁਪਏ ਵਿਕਿਆ, 14-01 3435 ਰੁਪਏ ਵਿਕਿਆ, 11-21 4285 ਰੁਪਏ ਵਿਕਿਆ, 18-85 4000 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਫਤਿਹਗੜ੍ਹ ਮੰਡੀ ਦੀ, ਜਿੱਥੇ 11-21
4180 ਰੁਪਏ ਤੋਂ ਲੈ ਕੇ 4381 ਰੁਪਏ ਤੱਕ ਵਿਕਿਆ। 17-18 3690 ਰੁਪਏ ਤੋਂ ਲੈ ਕੇ 3880 ਰੁਪਏ ਤੱਕ ਵਿਕਿਆ। ਅੱਗੇ ਜੇਕਰ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ, ਜਿੱਥੇ 17-18 3865 ਰੁਪਏ ਵਿਕਿਆ, 11-21 4450 ਰੁਪਏ ਵਿਕਿਆ, 15-09 3250 ਰੁਪਏ ਵਿਕਿਆ, 14-01 3310 ਰੁਪਏ ਵਿਕਿਆ ਅਤੇ 18-85 4125 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਬੂੰਦੀ ਮੰਡੀ ਦੀ ਗੱਲ ਕਰੀਏ, ਜਿੱਥੇ 17-18 3500 ਰੁਪਏ ਨੂੰ ਵਿਕਿਆ, 15-09 2880 ਰੁਪਏ ਵਿਕਿਆ, 18-47 2850 ਰੁਪਏ ਵਿਕਿਆ ਅਤੇ 18-85 3405 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਕੋਟਾ ਮੰਡੀ ਦੀ ਗੱਲ ਕਰੀਏ, ਜਿੱਥੇ 15-09 2901 ਰੁਪਏ ਨੂੰ ਵਿਕਿਆ, 18-47 2831 ਰੁਪਏ ਵਿਕਿਆ ਅਤੇ 17-18 3461 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਕੈਥਲ ਮੰਡੀ ਦੀ ਗੱਲ ਕਰੀਏ, ਜਿੱਥੇ 17-18 4945 ਰੁਪਏ ਵਿਕਿਆ, 14-01 3440 ਰੁਪਏ ਵਿਕਿਆ, 18-85 4050 ਰੁਪਏ ਨੂੰ ਵਿਕਿਆ, 15-09 3230 ਰੁਪਏ ਨੂੰ ਵਿਕਿਆ, 18-47 3050 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਸਮਾਲਖਾ ਮੰਡੀ ਦੀ, ਜਿੱਥੇ 17-18 4921 ਰੁਪਏ ਵਿਕਿਆ, 18-85 4100 ਰੁਪਏ ਨੂੰ ਵਿਕਿਆ ਅਤੇ 11-21 4325 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਕਲੈਤ ਮੰਡੀ ਦੀ, ਜਿੱਥੇ 11-21 4400 ਰੁਪਏ ਨੂੰ ਵਿਕਿਆ, 18-85 4100 ਰੁਪਏ ਨੂੰ ਵਿਕਿਆ, 17-18 4900 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਗੋਹਾਣਾ ਮੰਡੀ ਦੀ, ਜਿੱਥੇ 11-21 4318 ਰੁਪਏ ਵਿਕਿਆ, 17-18 3852 ਰੁਪਏ ਵਿਕਿਆ, 18-85 4040 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਜੁਲਾਣਾ ਮੰਡੀ ਦੀ, ਜਿੱਥੇ 11-21 4411 ਰੁਪਏ ਵਿਕਿਆ, 17-18 3850 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਸਰਸਾ ਮੰਡੀ ਦੀ, ਜਿੱਥੇ 15-09 3300 ਰੁਪਏ ਨੂੰ ਵਿਕਿਆ, 18-47 2900 ਰੁਪਏ ਨੂੰ ਵਿਕਿਆ, 18-85 3569 ਰੁਪਏ ਵਿਕਿਆ, 1401 3483 ਰੁਪਏ ਵਿਕਿਆ, 17-18 3555 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਰਤੀਆ ਮੰਡੀ ਦੀ, ਜਿੱਥੇ 18-47 3001 ਰੁਪਏ ਨੂੰ ਵਿਕਿਆ, 15-09 3241 ਰੁਪਏ ਵਿਕਿਆ, 14-01 3437 ਰੁਪਏ ਵਿਕਿਆ, 17-18 3641 ਰੁਪਏ ਨੂੰ ਵਿਕਿਆ, 18-85 3751 ਰੁਪਏ ਵਿਕਿਆ ਅਤੇ 11-21 3821 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਫਤਿਹਾਬਾਦ ਮੰਡੀ ਦੀ, ਜਿੱਥੇ 11-21 4000 ਰੁਪਏ ਨੂੰ ਵਿਕਿਆ, 18-47 3100 ਰੁਪਏ ਨੂੰ ਵਿਕਿਆ ਅਤੇ 14-01 3495 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਨਰਵਾਣਾ ਮੰਡੀ ਦੀ, ਜਿੱਥੇ 18-85 4100 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਰਾਣੀਆਂ ਮੰਡੀ ਦੀ, ਜਿੱਥੇ 15-09 3201 ਰੁਪਏ ਵਿਕਿਆ, 18-47 2999 ਰੁਪਏ ਵਿਕਿਆ, 14-01 3452 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਟੋਹਾਣਾ ਮੰਡੀ ਦੀ, ਜਿੱਥੇ 15-09 3300 ਰੁਪਏ ਨੂੰ ਵਿਕਿਆ, 14-01 3480 ਰੁਪਏ ਵਿਕਿਆ, 18-85 4925 ਰੁਪਏ ਵਿਕਿਆ ਅਤੇ 17-18 3830 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਪਿੱਲੂ ਖੇੜਾ ਮੰਡੀ ਦੀ, ਜਿੱਥੇ 11-21 4475 ਰੁਪਏ ਵਿਕਿਆ, 17-18 3870 ਰੁਪਏ ਵਿਕਿਆ
ਅਤੇ 1885 4111 ਰੁਪਏ ਵਿਕਿਆ। ਅੱਗੇ 1401 3344 ਰੁਪਏ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਮੁਕਤਸਰ ਮੰਡੀ ਦੀ, ਜਿੱਥੇ 1509 3285 ਰੁਪਏ ਵਿਕਿਆ, 1718 3670 ਰੁਪਏ ਵਿਕਿਆ, 1885 3755 ਰੁਪਏ ਵਿਕਿਆ, 1121 4270 ਰੁਪਏ ਵਿਕਿਆ, 1847 2800 ਰੁਪਏ ਨੂੰ ਵਿਕਿਆ, 1401 3420 ਰੁਪਏ ਨੂੰ ਵਿਕਿਆ। ਅੱਗੇ ਜੇਕਰ ਆਪਾਂ ਗੱਲ ਕਰੀਏ ਨਰੇਲਾ ਮੰਡੀ ਦੀ, ਜਿੱਥੇ 1509 3150 ਰੁਪਏ ਵਿਕਿਆ ਅਤੇ 1718 4915 ਰੁਪਏ ਵਿਕਿਆ। ਸੋ ਇਹ ਸੀ ਬਾਸਮਤੀ ਦੇ ਵੱਖ ਵੱਖ ਵਰਾਇਟੀਆਂ ਦੇ ਅਤੇ ਵੱਖ ਵੱਖ ਮੰਡੀਆਂ ਦੇ ਰੇਟ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜਲਦੀ ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।